ਗੱਲ ਇਹ ਆ ਵੀ ਐਸੇ ਡਰਾਮੇਬਾਜ਼ ਉਰੇ ਕੈਂਡੀਡੇਟ ਆਏ ਨੇ ਜਿਹੜੇ ਬਾਹਰੋਂ। ਕੱਲ੍ਹ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਵੀ ਉਹ ਵੀਡੀਓ ਦੇ ਵਿੱਚ ਇੱਕ ਨੌਜਵਾਨ, ਚੰਗੀ ਗੱਲ ਆ, ਮਤਲਬ ਇੱਥੋਂ ਪਤਾ ਲੱਗਦਾ ਵੀ ਕਿਵੇਂ ਲੋਕਾਂ ਨੂੰ ਇਹ ਕਿੰਨਾ ਲੋਕ ਸਮਝਦੇ ਆ ਵੀ ਇਹਨਾਂ ਨੂੰ ਕੋਈ ਸਮਝ ਹੀ ਨਹੀਂ, ਅਸੀਂ ਜਦ ਮਰਜ਼ੀ ਬੇਵਕੂਫ ਬਣਾ ਲਈਏ। ਉੱਥੇ ਸਾਰੇ ਮੀਡੀਆ ਵਾਲੇ ਸੱਦੇ ਹੋਏ, ਸਾਰੇ ਮੀਡੀਆ ਵਾਲੇ ਕਵਰੇਜ ਕਰ ਰਹੇ ਆ ਅਤੇ ਉਹਨੂੰ ਕਹਿ ਰਹੇ ਆ। ਅਚਾਨਕ ਮੈਂ ਇਹ ਗੱਲ ਸੁਣ ਕੇ ਇੰਸਟਾਗ੍ਰਾਮ 'ਤੇ ਪੜ੍ਹ ਕੇ ਮੈਂ ਆ ਗਿਆ ਅਤੇ ਇੱਕਦਮ ਅਚਾਨਕ ਮੈਂ ਘਰ ਆ ਗਿਆ। ਉਹ ਕੁਦਰਤੀ ਗੱਲ ਫੜੀ ਕਿਵੇਂ ਗਈ, ਕਿਉਂਕਿ ਸਾਰੇ ਤੁਹਾਡੇ 'ਚੋਂ ਮੀਡੀਆ ਚੈਨਲ ਨੇ ਜਿਹੜੇ ਉਹ ਉੱਥੇ ਪਹੁੰਚੇ ਹੋਏ ਸੀ ਅਤੇ ਉਹ ਤੇਲ ਚੋਣ ਦੀਆਂ ਇਕੱਲੀਆਂ ਇਕੱਲੀਆਂ ਜਿਹੜੀਆਂ ਵੀਡੀਓ ਆਏ, ਇਕੱਲੇ ਇਕੱਲੀ ਗੱਲ ਆ ਉਹ ਆਪ ਪੁੱਛ ਕੇ ਵੀ ਦੱਸੋ ਜੀ ਕਿਵੇਂ ਤੁਹਾਨੂੰ ਲੱਗਿਆ। ਉਹ ਕਹਿੰਦੇ ਜੀ ਮੈਂ ਤਾਂ ਬਸ ਅਚਾਨਕ ਆ ਗਿਆ ਜੀ, ਇੰਸਟਾਗ੍ਰਾਮ 'ਤੇ ਮੈਨੂੰ ਪਤਾ ਲੱਗਿਆ ਅਤੇ ਮੈਂ ਆ ਗਿਆ। ਅਤੇ ਮੈਂ ਕਿਹਾ ਜੀ ਫਿਰ ਮੀਡੀਆ ਕਿੱਥੋਂ ਆ ਗਿਆ ਅਤੇ ਇਹ ਇੰਨੇ ਵੱਡੀ ਗੱਲ ਜਿਹੜੀ ਉਹ ਕਿੱਥੋਂ ਚੱਲ ਗਈ। ਅਤੇ ਫਿਰ ਉਹ ਆਪ ਹੀ ਉਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਜਿਹੜੀਆਂ ਗੱਲਾਂ ਨੇ ਉਹ ਕੁੜਤੇ ਪਜਾਮੇ ਦੇ ਪੈਸੇ ਨਾ ਦੇਣ ਦੀਆਂ ਹੈ, ਉਹਨਾਂ ਨੇ ਤੁਹਾਡੇ ਇਹ ਗੱਲ ਕਹੀ। ਦੇਖੋ ਕੁੜਤੇ ਪਜਾਮੇ ਦੇ ਪੈਸੇ ਨਾ ਦੇਣੇ ਕੋਈ ਪਾਰਟੀ ਵਾਲਾ ਥੋੜ੍ਹੀ ਕੁਛ ਕਹਿ ਰਿਹਾ ਹੈ, ਇਹ ਤਾਂ ਤੁਹਾਡੇ ਆਪਣੇ ਜ਼ਿਲ੍ਹੇ ਦੇ ਜਿਹੜੇ ਸਭ ਤੋਂ ਮਸ਼ਹੂਰ ਟੇਲਰ ਨੇ ਜਿਨ੍ਹਾਂ ਕੋਲ ਲੋਕ ਪ੍ਰਿੰਸ ਟੇਲਰ ਨੇ, ਉਹਨਾਂ ਦਾ ਉਹਨਾਂ ਨਾਲ ਆਪ ਤੁਸੀਂ ਬੋਲ ਰਹੇ ਹੋ, ਉਹਨਾਂ ਨੂੰ ਗਾਲਾਂ ਕੱਢ ਰਹੇ ਹੋ ਵੀਡੀਓਆਂ 'ਤੇ ਵਾਇਰਲ ਹੋਈਆਂ ਜਿਹੜੀਆਂ, ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਹਿੰਮਤ ਕਿਵੇਂ ਪਈ ਪੈਸੇ ਜਿਹੜੇ ਮੇਰੇ ਤੋਂ ਲੈਣ ਦੀ। ਤੁਹਾਡੇ ਕੋਲ ਤਾਂ ਭਾਈ ਤੁਸੀਂ 2 ਕਰੋੜ ਤੋਂ ਘੱਟ ਗੱਡੀ 'ਤੇ ਨਹੀਂ ਜਾ ਰਹੇ ਕਿ 2 ਕਰੋੜ ਜੇ ਤੁਹਾਡੇ ਕੋਲ, ਤੁਸੀਂ ਕਹਿੰਦੇ ਹੋ ਮੈਂ ਐਡਾ ਵੱਡਾ ਰਾਜਾ ਹੈ ਜਿਹੜਾ ਕਿ ਅੱਜ ਕੱਲ੍ਹ ਰਾਜੇ ਖਤਮ ਹੋ ਚੁੱਕੇ ਆ, ਕੋਈ ਰਾਜਾ ਨਹੀਂ ਗਾ ਅੱਜ ਕੱਲ੍ਹ, ਅੱਜ ਕੱਲ੍ਹ ਗੱਲ ਆਮ ਆਦਮੀ ਦੀ ਆ। ਅਤੇ ਉਹ ਇੱਕ ਜੇ ਤੁਸੀਂ ਤੁਹਾਡੀ ਧਰਮ ਪਤਨੀ 2 ਕਰੋੜ ਦੀ ਗੱਡੀ, ਤੁਸੀਂ 2 ਕਰੋੜ 40 ਲੱਖ ਦੀ ਗੱਡੀ 'ਚ, ਤੁਸੀਂ ਕਹਿੰਦੇ ਹੋ ਮੈਂ ਥੱਲੇ ਜਿਹੜੀਆਂ ਜਰਾਬਾਂ ਏ ਉਹ ਵੀ ਮੈਂ ਲੱਖਾਂ ਦੀਆਂ ਪਾਉਣਾ, ਮੈਨੂੰ ਸ਼ੌਕ ਆ, ਅਤੇ ਇਹ ਵੀ ਕਹਿੰਦੇ ਹੋ ਮੈਂ 15-15 ਲੱਖ ਦੀਆਂ ਮੈਂ ਘੜੀਆਂ ਬੰਨਦਾ, ਅਤੇ ਝੂਠ ਬੋਲਣ ਦਾ ਉਹਨਾਂ ਨੇ ਠੇਕਾ ਲਿਆ। ਇਹ ਕਿਤੇ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਤੁਸੀਂ ਕਿਹਾ ਨਾ ਮੈਂ ਕਾਲੀ ਗੱਡੀ ਸ਼ੋਅ ਕੀਤੀ, ਮੈਂ ਪੀਲੀ ਗੱਡੀ ਸ਼ੋਅ ਕੀਤੀ, ਇਲੈਕਸ਼ਨ ਕਮਿਸ਼ਨ ਦਾ ਕੱਢ ਕੇ ਦੇਖ ਲਓ ਪਿਛਲੀ ਇਲੈਕਸ਼ਨ ਦਾ ਵੀ, ਉਦੋਂ ਪਿਛਲੀ ਇਲੈਕਸ਼ਨ ਦਾ ਵੀ, ਕੀ ਉਹਨਾਂ ਨੇ 2 ਕਰੋੜ ਗੱਡੀ ਦਾ ਜ਼ਿਕਰ ਕੀਤਾ ਕਿਤੇ, ਇੱਕ ਜਗ੍ਹਾ ਮਨੀ। ਅਤੇ ਦੂਜੀ ਗੱਲ ਜਿਹੜੇ ਇਹ ਕਹਿੰਦੇ ਵੀ ਲੱਖਾਂ ਰੁਪਏ ਦੀਆਂ ਮੈਂ ਜਰਾਬਾਂ ਪਾਉਣਾ, ਹਜੇ ਉਹ ਨਹੀਂ ਤੁਸੀਂ ਦੇਖੀਆਂ, ਅਤੇ ਭਾਈ ਸਾਹਿਬ ਅਤੇ ਫਿਰ ਤੁਸੀਂ ਦਰਜੀ ਦੇ ਪੈਸੇ ਕਿਉਂ ਨਹੀਂ ਦਿੰਦੇ ਜੇ ਤੁਹਾਡੇ ਕੋਲ ਲੱਖਾਂ ਰੁਪਈਆ? ਚਲੋ ਇਹ ਕਿਸੇ ਨੂੰ ਕਿਹਾ ਸੀ ਬਸ਼ਰਮ ਨੂੰ ਵੀ ਦਾਲ ਦਾ, ਉਹ ਕਹਿੰਦਾ ਜੀ ਮੈਂ ਤਾਂ ਥੱਲਿਓ ਚਟ ਚਟੀ ਖਾਣਾ ਹੈ। ਹਾਂ ਇਹ ਹੀ ਹੁੰਦਾ ਨਾ ਬਸ਼ਰਮਾ ਦੀ ਲਗੀ ਦਾਲ ਜਿਵੇਂ ਕਿਹਾ, ਉਹ ਕਹਿੰਦੇ ਜੀ ਅਸੀਂ ਤਾਂ ਚਟ ਚਟੀ ਖਾਂਦੇ ਹਾਂ, ਉਹ ਗੱਲ ਆ ਮੋਦੀ ਜੀ ਦੇਣਗੇ। ਰਾਜਾ ਜੀ ਕਹਿੰਦੇ ਲੇਕਿਨ ਮੈਨੂੰ ਬਿੱਟੂ ਇੰਨਾ ਫੋਲੋ ਕਰ ਰਹੇ ਆ, ਮੈਨੂੰ ਤਾਂ ਬੜੇ ਸਵਾਦ ਆ ਰਹੇ ਤੇ। ਪ੍ਰਧਾਨ ਹੋ ਤੇ ਤੁਸੀਂ ਗੱਲਾਂ ਕਰਦੇ ਹੋ ਆਮ ਆਦਮੀ ਦੀਆਂ ਵੀ, ਮੈਂ ਤਾਂ ਬਿਲਕੁਲ ਮਾਮੂਲੀ ਘਰ ਚੋਂ, ਮੇਰੇ ਤਾਂ ਭਰਾ ਪਰਿਵਾਰ ਚੋਂ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ ਸੀ, ਮੈਂ ਤਾਂ ਸਿਆਸਤ ਜਿਹੜੀ ਉਹ ਹੈ ਹੀ ਆਪਣੇ ਆਪ ਆ ਗਿਆ। ਮੈਨੂੰ ਇਹ ਦੱਸੋ ਕਿ ਐਡੀ ਵੱਡੀਆਂ ਗੱਡੀਆਂ ਜਾਂ ਤੁਹਾਡੇ ਸੁਖਵੀਰ ਸਿੰਘ ਬਾਦਲ ਕੋਲ ਆ ਜਾਂ ਬੜਿੰਗ ਸਾਹਿਬ ਕੋਲ ਆ, ਅਤੇ ਇਹ ਗੱਡੀਆਂ ਇੰਨਾ ਪ੍ਰੋਫਿਟ ਦੱਸਤਾ ਦਿਓ ਨਾ ਸਾਰੇ ਲੈ ਲੈਣਗੇ। ਇੰਨਾ ਇੰਨਾ ਪ੍ਰੋਫਿਟ ਕਿਸ ਕਿਹੜੇ 'ਚ ਹੁੰਦਾ? ਉਹੀ ਹੁੰਦਾ ਵੀ ਆਲੂ ਕੱਢੋ ਸੋਨਾ ਬਣੇ। ਪਰ ਉਹ ਕਹਿੰਦੇ ਮੈਂ ਜੱਦੀ ਪੁਸ਼ਤੀ ਰਹੀ ਸਾਂ, ਮੈਂ ਜੱਦੀ ਪੁਸ਼ਤੀ ਰਾਜਾ ਵਾਂ। ਉਹ ਪੁੱਛੋ ਉਹ, ਮੈਂ ਇਹੀ ਤਾਂ ਕਹਿਣਾ ਵੀ ਰਾਜੇ ਤਾਂ ਖਤਮ ਹੋ ਗਏ, ਜੱਦੀ ਪੁਸ਼ਤੀ ਪ੍ਰੋਪਰਟੀ ਰੱਬ ਸਭ ਨੂੰ ਦੇਵੇ, ਉਹ ਚੰਗੀ ਗੱਲ ਆ, ਪਰ ਇਹੋ ਜਿਹੀ ਕਿਹੜੀ ਖੇਤੀ ਆ ਜਿਹਦੇ ਵਿੱਚੋਂ ਇੰਨੀ ਕਮਾਈ ਹੋ ਜਾਂਦੀ ਆ
ਵੀ ਉਹਦੀਆਂ ਉਹਨਾਂ ਕੋਲ ਉਹ ਦੋ ਗੱਡੀਆਂ ਨੇ, ਜੇ 2 ਕਰੋੜ ਰੁਪਏ ਦੀ ਗੱਡੀ ਦੀ ਕਿਸ਼ਤ 50,000 ਜਿਹੜੀ ਆ ਉਹ 50 ਲੱਖ ਵਾਲੀ ਗੱਡੀ ਦੀ ਆ, ਅਤੇ ਇਹਨਾਂ ਦੀਆਂ ਜੇ ਕਿਸ਼ਤਾਂ ਹੀ ਲਾ ਲਓ 5 ਲੱਖ ਰੁਪਇਆ ਮਹੀਨਾ ਬਣਨਗੀਆਂ, ਉਹ ਕਿਹੜੀ ਇਹੋ ਜਿਹੀ ਚੀਜ਼ ਆ ਜਿੱਥੋਂ 5 ਲੱਖ, ਕਿਹੜੀ ਫੈਕਟਰੀਆਂ ਚੱਲਦੀਆਂ ਹੈ, ਕਿਹੜੇ ਇਹੋ ਜਿਹੇ ਕਾਰੋਬਾਰ ਬਾਰੇ ਲੋਕਾਂ ਨੂੰ ਵੀ ਦੱਸ ਦਿਓ ਯਾਰ, ਲੋਕਾਂ ਨੂੰ ਵੀ ਅਮੀਰ ਬਣਾ ਦਿਓ ਅਸੀਂ। ਤੁਸੀਂ ਕਹਿੰਦੇ ਹੋ ਰਾਜਾ ਪਟਨੀ ਬਾਹਰੋਂ ਆਏ ਆ, ਪਰ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ, ਉਹ ਕਹਿੰਦੇ ਕੀ ਕਹਿੰਦੇ 1.5 ਘੰਟੇ ਦਾ ਸਫ਼ਰ ਹੈ, ਕਹਿੰਦੇ ਜਦੋਂ ਮਰਜ਼ੀ ਮੈਂ ਲੁਧਿਆਣੇ ਆ ਸਕਦਾ, ਕਿੱਦਾਂ ਦਾ ਉਹ ਬਈ ਮੰਨ ਗਏ ਨਾ, ਵਿਕਾਸ ਹੀ ਕਰਨਾ, ਮੰਨ ਤਾਂ ਗਏ ਨਾ, ਬਾਹਰੋਂ ਆ ਮੈਂ, ਜਦੋਂ ਤੁਹਾਡੀ ਉਰੇ ਵੋਟ ਹੀ ਹੈ ਨਹੀਂ ਗੀ, ਤੁਸੀਂ ਕਰਨ ਕੀ ਆਏ ਹੋ, ਜਿੱਥੇ ਤੁਹਾਨੂੰ ਤੁਹਾਡਾ ਸ਼ਹਿਰ ਆ ਬਠਿੰਡੇ ਉੱਥੇ ਇਲੈਕਸ਼ਨ ਲੜਦੇ, ਬਠਿੰਡੇ ਇੱਥੇ ਆਸ਼ੂ ਜੀ ਲੜਦੇ, ਇੱਥੇ ਡਾਵਰ ਸਾਹਿਬ ਲੜਦੇ, ਇੱਥੇ ਪਾਂਡੇ ਸਾਹਿਬ ਲੜਦੇ, ਅਤੇ ਤੁਸੀਂ ਅੱਗੇ ਬੜਾ ਕਹਿੰਦੇ ਸੀ, ਇਹ ਬੜੇ ਹੋਕੇ ਦਿੱਤੇ ਸੀ ਵੀ ਅਸੀਂ ਜੀ ਕੋਠੀ ਲੈ ਲਈ, ਬੜਾ ਸਾਡੇ ਕੋਲ ਪੈਸਾ ਲਿਆ, ਉਹ ਤਾਂ ਕਾਗਜ਼ ਕਿੱਥੇ ਆ, ਤੁਹਾਡਾ PCCLP ਪ੍ਰਧਾਨ ਕਹਿੰਦਾ ਸੀ, ਯਾਦ ਆ ਨਾ, ਪ੍ਰਤਾਪ ਬਾਜਵਾ ਜੀ ਕਹਿੰਦੇ ਸੀ ਮੈਂ ਲੈ ਲਈ ਕੋਠੀ, ਦਿਖੇ ਪ੍ਰਤਾਪ ਬਾਜਵਾ ਜੀ ਇੱਕ ਦਿਨ, ਕੱਲ੍ਹ ਨੂੰ ਕੰਪੇਨ ਖਤਮ ਹੋ ਜਾਣੀ ਆ, ਲੱਭੇ ਪ੍ਰਤਾਪ ਬਾਜਵਾ ਜੀ, ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਇੱਕ ਇਹ ਜਦੋਂ ਇਲੈਕਸ਼ਨਾਂ 'ਚ ਨਹੀਂ ਉਰੇ ਰਹੇ ਤਾਂ ਬਾਅਦ 'ਚ ਕੀ ਰਹਿਣਗੇ ਉਰੇ, ਇਸ ਕਰਕੇ ਐਵੇਂ ਜ਼ਿਆਦਾ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ, ਤੁਸੀਂ 2 ਬੱਚਿਆਂ ਦੀ ਜਾਨ ਲਈ ਆ, ਉਹਦਾ ਕੋਈ ਜਵਾਬ ਨਹੀਂ ਇਹਨਾਂ ਕੋਲ, ਉਹ ਪੁੱਛੋ ਤੁਸੀਂ ਵੀ ਜਿਹੜਾ ਕਰਨ ਕਟਾਰੀ ਆਏ ਉਹ ਤੋਂ 1 ਕਰੋੜ 22 ਲੱਖ, 1 ਕਰੋੜ 22 ਲੱਖ ਦੀ ਉਹ ਗੱਡੀ ਆ ਤੁਹਾਡੇ ਕੋਲ, ਤੁਸੀਂ ਕਿਹਾ ਪਹਿਲਾਂ ਇਹ ਉਹਦੇ ਪੈਸਿਆਂ ਨਾਲ, ਜਿਹਦੇ 2 ਬੱਚੇ, 1 3 ਸਾਲ ਦਾ 1 7 ਸਾਲ ਦਾ, ਬਾਪ ਨੇ ਗੋਲੀਆਂ ਮਾਰ ਕੇ ਆਪਣੇ ਬੱਚੇ ਆਪ ਮਾਰੇ ਆ, ਇਹ ਇਸੇ ਕਰਕੇ ਇਹਦੇ ਸਾਲੇ ਕਰਕੇ ਉਹਦਾ ਜਵਾਬ ਕਿਉਂ ਨਹੀਂ ਗਾ ਅੱਜ ਤੱਕ, ਇੱਕ ਵੀ ਉਹਦੇ ਬਾਰੇ ਤੁਸੀਂ ਤੁਹਾਡੇ ਮੂਹਰੇ ਗੱਲ, ਤੁਸੀਂ ਸਵਾਲ ਕਰੋ ਵੀ ਦੱਸੋ ਉਹ FIR ਉਹ ਮਾਂ ਨੇ ਲਿਖਾਈ ਕਿ ਨਹੀਂ, ਬੱਚਿਆਂ ਦੀ ਨੇ, ਉਸ ਭਰਾ ਨੇ ਲਿਖਾਈ ਕਿ ਨਹੀਂ, ਅਤੇ ਇਸ ਕਰਕੇ ਤੁਸੀਂ ਤਾਂ ਪੈਸੇ ਪਿੱਛੇ ਕਿਸੇ ਨੂੰ ਵੀ ਮਾਰ ਸਕਦੇ ਹੋ, ਕਤਲ ਕਰ ਸਕਦੇ ਹੋ, ਲੁਧਿਆਣੇ 'ਚ ਤੁਸੀਂ ਪਤਾ ਨਹੀਂ ਕਿੰਨਿਆਂ ਤੋਂ ਪੈਸੇ ਇਲੈਕਸ਼ਨਾਂ 'ਚ ਹਰ ਘਰ ਘਰ ਜਾਂਦੇ ਹੋ, ਕਿੰਨਿਆਂ ਤੋਂ ਪੈਸੇ ਲੈ ਕੇ ਕੱਲ੍ਹ ਨੂੰ ਤੁਸੀਂ ਲੋਕਾਂ ਦਾ ਇਹ ਕਤਲ ਕਰਵਾਓਗੇ, ਸੁਸਾਈਡ ਕਰਵਾਓਗੇ, ਲੋਕਾਂ ਦੀ ਕੀ ਜ਼ਿੰਮੇਵਾਰੀ ਆ। ਕੇਜਰੀਵਾਲ ਸਾਹਿਬ ਵੀ ਪਹੁੰਚੇ ਨੇ ਲੁਧਿਆਣੇ, ਕੀ ਲੱਗਦਾ ਕੋਈ ਅਸਰ ਪਊਗਾ? ਜੇਲ੍ਹ 'ਚੋਂ ਆਏ ਆ ਅਤੇ ਲੋਕ ਵਿਸ਼ਵਾਸ, 2 ਤਰੀਕ ਨੂੰ ਜੇਲ੍ਹ 'ਚ ਉਹਨਾਂ ਨੇ ਚਲੇ ਜਾਣਾ, ਅੱਜ ਹੀ ਸੁਪਰੀਮ ਕੋਰਟ ਨੇ ਉਹਨਾਂ ਨੇ ਹੋਰ ਹਫ਼ਤਾ ਮੰਗਿਆ ਸੀ, ਉਹਨਾਂ ਨੇ ਨਾ ਕਰਤੀ ਵੀ ਐਸੇ 10 ਨੰਬਰੀ ਨੂੰ ਉਹਦਾ ਕੀ, ਜਿਹੜੇ ਮੁੱਖ ਮੰਤਰੀ ਨੂੰ ਉਹਦੀਆਂ ਫਾਈਲਾਂ ਸਾਈਨ ਕਰਨ ਤੋਂ ਮਨਾ ਕਰਤਾ, ਉਹਨੂੰ ਦਫ਼ਤਰ ਜਾਣੋਂ ਮਨਾ ਕਰਤਾ, ਫਿਰ ਤੁਸੀਂ ਆਪ ਦੱਸੋ ਉਹਦੇ ਉੱਤੇ ਕੌਣ ਵਿਸ਼ਵਾਸ ਕਰੂਗਾ? ਇਸ ਕਰਕੇ ਇਹ ਲੋਕ ਨੇ ਜਿਹੜੇ, ਇਹ ਸਾਰਾ ਜਿਹੜਾ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ। ਅਤੇ ਇੱਧਰ ਸਾਡੇ ਵੱਲ ਦੇਖੋ, ਜਿੱਦਣ ਪ੍ਰਧਾਨ ਮੰਤਰੀ ਆਏ, ਇਹ ਦਮਨ ਹੀ ਆ ਨਾ ਸਾਫ਼, ਪ੍ਰਧਾਨ ਮੰਤਰੀ ਜੀ ਕਿਸੇ ਨੂੰ ਆਪਣਾ ਮਿੱਤਰ ਕਹਿ ਦੇਣ ਤਾਂ ਕਿੱਡਾ ਬੜਾ ਮਾਣ ਦੀ ਗੱਲ ਆ। ਜਿਹੜੇ ਸੀਤਾਰਮਨ ਜੀ ਉਹ ਆ ਰਹੇ ਆ, ਕੱਲ ਨੂੰ ਪਿਊਸ਼ ਗੋਇਲ ਜੀ ਸਾਡੇ ਆ ਰਹੇ ਆ, ਪਰਸੋਂ ਨੂੰ ਜਦੋਂ ਕੰਪੇਨ ਅਖੀਰ ਸਿਖਰਾਂ ਤੇ ਬੰਦ ਹੋਣੀ ਆ ਤੇ ਸਭ ਦੇ ਬਾਬਾ ਯੋਗੀ ਜੀ ਆ ਰਹੇ ਆ, ਖਲਬਲੀ 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 ਮੱਚੇਗੀ ਲੁਧਿਆਣੇ।